ਉਹਨਾਂ ਨੇ ਜਾ ਕੇ ਕਿਹਾ ਕਿ ਡੀਸੀ ਆਫਿਸ ਜਿਹੜਾ ਹੈ ਕਿਸੇ ਦੇ ਪਿਓ ਦਾ ਨਹੀਂ। ਇਹ ਗੱਲ ਮੈਂ ਵੀ ਕਹਿਣਾ ਹੈ ਤੇ ਕੋਈ ਵੀ ਸਰਕਾਰੀ ਅਦਾਰਾ ਕਿਸੇ ਦੇ ਬਾਪ ਦਾ ਨਿੱਜੀ ਤੌਰ ਤੇ ਨਹੀਂ ਹੈਗਾ। ਲੀਡਰ ਕਿਸੇ ਲਈ ਸੰਘਰਸ਼ ਕਰਨ ਲਈ ਗਿਆ ਹੈ ਉਹਦੇ ਉੱਤੇ ਹੀ FIR ਦਰਜ ਕਰ ਦਿੱਤੀ ਆ। ਗਰਜ ਗਰਜ ਕੇ ਸਰਕਾਰ ਤੇ ਨਿਸ਼ਾਨੇ ਸਾਧ ਰਿਹਾ ਇਹ ਬਜ਼ੁਰਗ ਅੰਮ੍ਰਿਤਸਰ ਦਾ, ਜੋ ਕਿ ਸੜਕ ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਦਾ ਪੋਸਟਰ ਪਾ ਕੇ ਘੁੰਮ ਰਿਹਾ, ਜਿਸ ਤੇ ਲਿਖਿਆ ਗਿਆ ਹੈ ਕਿ ਬੈਂਸ ਤੇ ਕੀਤੀ ਝੂਠੀ FIR ਵਾਪਸ ਲਈ ਜਾਵੇ। ਸਿਰਫ ਇੰਨਾ ਹੀ ਨਹੀਂ, ਬਜ਼ੁਰਗ ਨੇ ਵੀਡੀਓ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਸਿਮਰਜੀਤ ਬੈਂਸ ਦਾ ਸਾਥ ਦਿੱਤਾ ਜਾਵੇ, ਜਿਸ ਦੀ ਹੁਣ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਬਾਬਾ ਜੀ ਕੀ ਸੰਦੇਸ਼ ਦੇ ਰਹੇ ਹੋ? ਬਾਬਾ ਜੀ ਲੋਕ ਭਲਾਈ ਪਾਰਟੀ ਦੇ ਸਿਮਰਨਜੀਤ ਸਿੰਘ ਬੈਂਸ ਜੀ ਲੋਕ ਮਾਰੂ ਨੀਤੀਆਂ ਦੇ ਲਈ ਸੰਘਰਸ਼ ਕਰਦੇ ਹੋਏ DC ਆਫਿਸ ਪਹੁੰਚੇ। ਉਹਨਾਂ ਨੇ ਜਾ ਕੇ ਕਿਹਾ ਕਿ DC ਆਫਿਸ ਜਿਹੜਾ ਹੈ ਕਿਸੇ ਦੇ ਪਿਓ ਦਾ ਨਹੀਂ। ਇਹ ਗੱਲ ਮੈਂ ਵੀ ਕਹਿਣਾ ਹੈ ਤੇ ਕੋਈ ਵੀ ਸਰਕਾਰੀ ਅਦਾਰਾ ਕਿਸੇ ਦੇ ਬਾਪ ਦਾ ਨਿੱਜੀ ਤੌਰ ਤੇ ਨਹੀਂ ਹੈਗਾ। ਇਸ ਕਰਕੇ ਜਿਹੜਾ ਸਾਡਾ ਲੀਡਰ ਕਿਸੇ ਲਈ ਸੰਘਰਸ਼ ਕਰਨ ਲਈ ਗਿਆ ਹੈ ਉਹਦੇ ਉੱਤੇ ਹੀ FIR ਦਰਜ ਕਰ ਦਿੱਤੀ ਆ। ਇਹ ਕਿੱਥੋਂ ਦਾ ਇਨਸਾਫ ਆ? ਮੈਂ ਅੰਮ੍ਰਿਤਸਰ ਤੋਂ ਬੋਲ ਰਿਹਾ ਬੈਂਸ ਸਾਹਿਬ ਦੇ ਪੱਖ ਦੇ ਵਿੱਚ, ਔਰ ਮੇਰੇ ਮਗਰ ਪੂਰੀ ਜਨਤਾ ਨੂੰ ਬੋਲਣਾ ਚਾਹੀਦਾ ਪੰਜਾਬ ਦੀ ਨੂੰ, ਕਿਉਂਕਿ ਜਿੰਨਾ ਚਿਰ ਤੁਹਾਡੇ ਮਗਰ ਆਣ ਕੇ ਤੁਹਾਡੇ ਹੱਕ ਦੀ ਕੋਈ ਗੱਲ ਨਹੀਂ ਕਰਦਾ ਉਹਨਾਂ ਚਿਰ ਸਰਕਾਰ ਦੇ ਕੰਨਾਂ 'ਚ ਆਵਾਜ਼ ਕਿਤਨਾ ਪਹੁੰਚੇਗੀ? ਸਰਕਾਰ ਦੇ ਵੀਰ ਕੰਨਾਂ 'ਚ ਆਵਾਜ਼ ਪਹੁੰਚਾਈ ਜਾ ਰਹੀ ਹੈ ਕਿ ਜਿਹੜੀ ਸਿਮਰਨਜੀਤ ਸਿੰਘ ਬੈਂਸ ਦੇ ਉੱਤੇ FIR ਕੀਤੀ ਹੈ ਪੰਜਾਬ ਸਰਕਾਰ ਉਹਨੂੰ ਵਾਪਸ ਲਵੇ। ਦੱਸ ਦਈਏ ਕਿ ਇੱਕ ਪਾਸੇ ਤਾਂ DC ਦਫ਼ਤਰ ਦੇ ਮੁਲਾਜ਼ਮ, ਪਟਵਾਰੀ ਅਤੇ ਤਹਿਸੀਲਦਾਰਾਂ ਦੇ ਨਾਲ ਹੋਰ ਮੁਲਾਜ਼ਮ ਰੋਸ ਪ੍ਰਦਰਸ਼ਨ ਕਰਕੇ ਬੈਂਸ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਨੇ। ਉੱਥੇ ਹੀ ਪੰਜਾਬ ਦੇ ਲੋਕ ਬੈਂਸ 'ਤੇ ਹੋਈ FIR ਵਾਪਸ ਲੈਣ ਦੀ ਵੀ ਗੱਲ ਆਖ ਰਹੇ ਨੇ, ਪਰ ਇਸ ਸਾਰੇ ਮਾਮਲੇ ਦਾ ਹੱਲ ਕਦੋਂ ਤੱਕ ਨਿਕਲੇਗਾ ਇਸ ਦੀ ਸਾਰੇ ਉਡੀਕ ਕਰ ਰਹੇ ਨੇ। ਬਿਊਰੋ ਰਿਪੋਰਟ, ਸਪੋਕਸਮੈਨ TV।